ਮੋਦੀ ਸਰਕਾਰ ਦੇ ਵੱਲੋਂ ਸਬਕਾ ਸਾਥ ਸਬਕਾ ਵਿਕਾਸ ਪ੍ਰੋਗਰਾਮ ਦੇ ਤਹਿਤ ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਵਿਚ ਸਬਕਾ ਸਾਥ ਸਬਕਾ ਵਿਕਾਸ ਸੰਮੇਲਨ ਕਰਵਾਇਆ ਗਿਆ, ਜਿਸ ਦੇ ਵਿਚ ਮੁੱਖ ਤੌਰ ਦੇ ਉੱਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਦਾ ਮੁੱਖ ਮਕਸਦ ਸੀ ਕਿ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦੱਸਣਾ। ਇਸ ਪ੍ਰੋਗਰਾਮ ਦਾ ਆਗਾਜ਼ ਜੈ ਹੋ ਗੀਤ ਨਾਲ ਸ਼ੁਰੂ ਕੀਤਾ ਗਿਆ। ਇਸ ਦੇ ਵਿਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਇਸ ਗੀਤ ਤੇ ਅਤੇ ਪੰਜਾਬੀ ਗਾਇਕ ਦਿਲਜੀਤ ਦੇ ਸੌਂਗ ਤੇ ਲੜਕੀਆਂ ਦੇ ਵੱਲੋਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਜਦੋਂ ਦਿਲਜੀਤ ਦੇ ਗੀਤ ਤੇ ਡਾਂਸ ਨੂੰ ਮੰਤਰੀ ਵਿਜੇ ਸਾਂਪਲਾ ਨੇ ਮੀਡੀਆ ਵੱਲੋਂ ਕਵਰ ਕੀਤੇ ਜਾਂਦਾ ਦੇਖ ਲਿਆ ਤਾਂ ਅੱਧ ਵਿਚਕਾਰ ਹੀ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ। ਦੂਜੇ ਪਾਸੇ ਇੱਕ ਹੋਰ ਗੱਲ ਵੀ ਵੇਖਣ ਨੂੰ ਮਿਲੀ ਆ ਕਿ ਸੰਮੇਲਨ ਦੇ ਵਿਚ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਮੇਤ ਟਕਸਾਲੀ ਭਾਜਪਾ ਆਗੂ ਵੀ ਇਸ ਸੰਮੇਲਨ ਤੋਂ ਦੂਰ ਹੀ ਰਹੇ। ਵਰਕਰਾਂ ਦੇ ਵਿਚ ਉਤਸ਼ਾਹ ਨਹੀਂ ਦੇਖਿਆ ਗਿਆ। ਦੂਜੇ ਪਾਸੇ ਕੁਰਸੀਆਂ ਵਰਕਰਾਂ ਦੀ ਅਡੀਕ ਕਰਦੀਆਂ ਨਜ਼ਰ ਆਈਆਂ। ਇਸੇ ਦੌਰਾਨ ਜਦੋਂ ਪ੍ਰੋਗਰਾਮ ਦੇ ਵਿਚ ਹਿੱਸਾ ਲੈਣ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੇ ਵਿਚ ਹਿੱਸਾ ਲੈਣ ਆਏ ਨੇ। ਇੱਥੇ ਉਨ੍ਹਾਂ ਨੂੰ ਗਰੀਬਾਂ ਦੇ ਬਾਰੇ ਵਿਚ ਦੱਸਿਆ ਗਿਆ। ਉੱਥੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਹੜਾ ਮੰਤਰੀ ਇੱਥੇ ਪੁੱਜਿਆ ਅਤੇ ਉਨ੍ਹਾਂ ਨੇ ਸਾਂਪਲਾ ਜੀ ਨੂੰ ਕਾਂਤਾ ਹੀ ਦੱਸ ਦਿੱਤਾ। ਦੂਜੇ ਪਾਸੇ ਵਿਜੇ ਸਾਂਪਲਾ ਵੀ ਇਸ ਪ੍ਰੋਗਰਾਮ ਦੇ ਵਿਚ ਕਿਸੇ ਸੀਨੀਅਰ ਬੀਜੇਪੀ ਆਗੂ ਦੇ ਨਾਂ ਆਉਣ ਤੇ ਪ੍ਰੈਸ ਵੱਲੋਂ ਪੁੱਛੇ ਸਵਾਲ ਤੇ ਟਾਲਾ ਵੱਟਦੇ ਹੋਏ ਨਜ਼ਰ ਆਏ। ਕਿਹੜੇ ਪ੍ਰੋਗਰਾਮ ਚ ਆਏ ਸੀ? ਹਾਂਜੀ, ਅੱਛਾ, ਤੇ ਕਿੰਨੇ ਚ ਗੱਲ ਹੋਈ ਤੇ ਕਿੰਨੇ ਤੁਹਾਨੂੰ ਮਿਲੇ ਆ? ਸਿਰਫ ਪੂਰਾ ਬੋਲਣਾ, ਕਿੰਨੇ? ਸੱਤ ਕੀ ਹੈ? ਲੋਕਲ ਬੋਡੀ ਦੀ ਗੱਲ ਕਰੀਏ ਤੇ ਬੀਜੇਪੀ ਦੇ ਕਾਫੀ ਲੀਡਰ ਜਿਹੜੇ ਸੀਨੀਅਰ ਸੀਗੇ, ਸਾਬਕਾ ਪ੍ਰਧਾਨ ਹੀ ਆ, ਉਹ ਵੀ ਇਸ ਪ੍ਰੋਗਰਾਮ ਸ਼ਾਮਿਲ ਕਿ ਦੇਸ਼ ਦੀ 3 ਸਾਲਾਂ ਅਸੀਂ ਕੀਤਾ ਕੀ ਹੈ, ਉਹ ਲੋਕਾਂ ਦੀਆਂ ਕਚਹਿਰੀਆਂ 'ਚ ਅਸੀਂ ਆਣ ਕੇ ਕੰਮ ਕੀਤਾ। ਇਹਦੇ 'ਚ ਬੀਜੇਪੀ, ਕਾਂਗਰਸ ਜਾਂ ਕੌਣ ਆਇਆ ਕੌਣ ਨਹੀਂ ਆਇਆ ਇਹ ਅਹਿਮੀਅਤ ਨਹੀਂ ਰੱਖਦਾ। ਅਸੀਂ ਲੋਕਾਂ ਦੀ ਕਚਹਿਰੀ 'ਚ ਆਏ ਹਾਂ ਔਰ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ। ਮੈਂ ਕਿਤੇ ਨਹੀਂ ਕਿਹਾ ਕਿ ਬੀਜੇਪੀ ਦਾ ਫੰਕਸ਼ਨ ਹੈ, ਇਹ 'ਚ BPL ਨੇ ਜਿਹੜਾ ਇੱਥੇ ਭਾਰਤ ਪੈਟਰੋਲੀਅਮ ਦੀ ਮੇਜ਼ਬਾਨੀ ਕੀਤੀ ਹੈ। ਅਸੀਂ ਦੇਸ਼ ਦੇ ਵਿੱਚ ਇੱਕ ਮੰਤਰੀ ਹੋਣ ਦੇ ਨਾਤੇ ਆਪਣੀ ਰਿਪੋਰਟ ਕਾਰਡ ਪਬਲਿਕ ਨੂੰ ਦੱਸਣਾ ਹੈ ਔਰ ਰਿਪੋਰਟ ਕਾਰਡ ਦਾ ਜਿਹੜਾ ਦੂਸਰਾ ਜਿਹੜੇ ਨਹੀਂ ਆਏ ਉਹਨਾਂ ਤੱਕ ਅਸੀਂ 13.3 ਕਰੋੜ ਆਬਾਦੀ ਹੈ ਹਿੰਦੁਸਤਾਨ ਦੀ, ਉਹਨੂੰ ਇਹ ਸਿਰਫ ਇੱਥੇ ਨਹੀਂ ਸਮਾਇਆ ਜਾ ਸਕਦਾ। ਉਹਨਾਂ ਤੱਕ ਗੱਲ ਪਹੁੰਚਾਉਣ ਦਾ ਮਾਧਿਅਮ ਉਹ ਜਿਹੜਾ ਤੁਹਾਡਾ ਮੀਡੀਆ ਆ। ਇਸ ਕਰਕੇ ਕੋਈ ਆਇਆ ਜਾਂ ਨਹੀਂ ਆਇਆ ਇਹ ਸਵਾਲ ਨਹੀਂ, ਤੁਸੀਂ ਗੱਲ ਹੁਣ ਕਿੰਨਿਆਂ ਤੱਕ ਪਹੁੰਚਾ ਰਹੇ ਕਿ ਅਸੀਂ ਜੋ ਕਹੀ ਹੈ ਉਹ ਸਹੀ ਹੈ ਕਿ ਗਲਤ ਹੈ? ਨਹੀਂ, ਸਾਡਾ ਸਵਾਲ ਇਹ ਹੈ ਵੀ ਬੀਜੇਪੀ ਦੇ ਆਗੂ ਨਹੀਂ ਇੱਥੇ ਪਹੁੰਚੇ। ਮੈਂ ਜਵਾਬ ਦੇ ਦਿੱਤਾ ਉਹਦਾ। ਸਰ, ਅੱਜ ਜਿਹੜਾ ਤੀਸਰੀ ਵਾਰ ਜਿਹੜੇ ਅਸੀਂ ਲੋਕਾਂ ਦੀ ਕਚਹਿਰੀ 'ਚ ਆਏ ਹਾਂ, 1 ਸਾਲ ਪੂਰਾ ਹੋਣ 'ਤੇ 1 ਸਾਲ ਦੀਆਂ ਉਪਲਬਧੀਆਂ ਲੈ ਕੇ ਅਸੀਂ ਆਏ ਸਨ ਔਰ ਅੱਜ 2 ਸਾਲ ਤੋਂ ਬਾਅਦ ਵੀ ਆਇਆ ਔਰ 3 ਸਾਲ ਦੀਆਂ ਉਪਲਬਧੀਆਂ ਤੋਂ ਬਾਅਦ ਵੀ ਆਏ ਕਿ ਆਪਣੇ ਬਿੱਟੂ ਨੇ ਔਰ ਉਹਦੇ ਕੁਛ ਕਾਂਗਰਸ ਦੇ MLA ਨੇ, ਰਵਨੀਤ ਬਿੱਟੂ ਨੇ ਔਰ ਕੁਛ MLAs ਨੇ ਇਹ ਸਵਾਲ ਕੀਤਾ ਹੈ ਕਿ ਵੀ ਇਹਦੀ CBI ਜਾਂਚ ਹੋਣੀ ਚਾਹੀਦੀ ਹੈ। ਮੈਂ ਇਹਦਾ ਹਾਮੀ ਹੈ, ਮੈਂ ਇਹਦਾ ਸਮਰਥਕ ਹਾਂ। ਮੈਂ ਇਹ ਕਹਿੰਦਾ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਆਉਣਾ ਚਾਹੀਦਾ।
ਕਿਉਂਕਿ ਇੱਕ ਸਵਾਲ ਖੜਾ ਕੀਤਾ ਤੇ ਸਵਾਲ ਕਿਤੇ ਨਾ ਕਿਤੇ ਲੋਕਾਂ ਚ ਸ਼ੰਕਾ ਪੈਦਾ। ਔਰ ਇਹ ਵੀ ਦੱਸ ਦੇਣਾ ਚਾਹੀਦਾ ਕੀ 10 ਸਾਲਾਂ ਦੇ ਵਿੱਚ ਕਿਸੇ ਵੀ ਮੰਤਰੀ, ਕਿਸੇ ਵੀ ਸਾਡੇ ਕਾਰਜਕਰਤਾ, ਕਿਸੇ ਵੀ ਵਿਅਕਤੀ ਦੇ ਉੱਤੇ, ਕਿਸੇ ਦਾ ਬੁੱਕ ਦੇ ਉੱਤੇ ਨਾਂ ਆਇਆ ਕੀ 10 ਸਾਲਾਂ ਦੇ ਵਿੱਚ? ਕਿਸੇ ਦੇ ਵੀ, ਕਿਸੇ ਮੁਲਾਜ਼ਮ ਦਾ, ਕਿਸੇ ਕਲਰਕ ਦਾ, ਹੋਰ ਕਿਸੇ ਦਾ ਨਾਂ ਆਇਆ? ਕਿਸੇ ਦੇ ਚਪੜਾਸੀ ਦਾ ਨਾਂ ਆਇਆ? ਕੀ ਕਿਤੇ ਐਸਾ ਹੋਇਆ ਕਿ ਕਿਸੇ MLA ਨੇ ਬਿੱਡ ਦਿੱਤੀ, ਸਿੰਗਲ ਬਿੱਡ ਦਿੱਤੀ, ਉਹ ਬੋਲੀ ਬੰਦ ਕਰਤੀ? ਕੀ 10 ਸਾਲਾਂ 'ਚ ਐਸਾ ਕੋਈ ਆਇਆ? ਅਗਰ ਨਹੀਂ ਹੈ ਤਾਂ ਤੁਲਨਾਤਮਕ ਸਵਾਲ ਕੀਤਾ, ਉਹ ਛੋਟਾ ਸਵਾਲ ਨਹੀਂ, ਬਹੁਤ ਵੱਡਾ ਸਵਾਲ ਹੈ। ਔਰ ਉਹਨੂੰ ਕਹੋ ਕਿ ਇਹ ਜਿਹੜੀਆਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਆ ਕਿ ਸਾਡੇ ਵੇਲੇ ਜੋ ਗੋਲੀਆਂ ਹੋਈਆਂ ਅਤੇ ਉਹ ਕਿੱਥੇ ਖੜ ਸੀਗੀਆਂ? ਔਰ ਜੇ ਅੱਜ 3 ਮਹੀਨਿਆਂ ਦੇ ਵਿੱਚ ਆਈਆਂ, ਔਰ ਜੇ ਮੈਨੂੰ ਨਹੀਂ ਹਾਲੇ ਪਤਾ, ਤੁਹਾਨੂੰ ਤੁਸੀਂ ਦੱਸਿਆ ਕਿ ਉਹ ਈ ਆਪਸ਼ਨ ਰੱਦ ਕਰਤੀ, ਅਤੇ ਰੱਦ ਕਿਸੇ ਸਹੀ ਨਹੀਂ ਹੋਈ ਤਾਂ ਹੀ ਕੀਤੀ ਹੋਣਾ। ਇਸ ਕਰਕੇ ਘੁਟਾਲਾ ਤਾਂ ਸਰਕਾਰ ਨੇ ਮੰਨ ਲਿਆ, ਅਤੇ ਉੱਥੇ ਘੁਟਾਲਾ ਹੁਣ ਆਪਣਾ ਘੁਟਾਲਾ ਲੁਕਾਉਣ ਦੇ ਲਈ ਐਸੇ ਰੋਗ ਪ੍ਰਤੀਰੋਗ ਲਵਾਂ ਲੋਕਾਂ ਦਾ ਧਿਆਨ ਦੂਸਰੇ ਪਾਸੇ ਡਿਵਰਟ ਕੀਤਾ ਜਾ ਸਕਦਾ। ਪਰ ਸਾਡੇ ਹੁੰਦਿਆਂ ਅਸੀਂ ਕਹਿੰਦੇ ਹਾਂ ਕਿ CBI ਦੀ ਮੰਗ ਮੈਂ ਕਰਦਾ, ਉਹ ਨਾਲ ਚੱਲਣ। ਮੈਂ ਕੈਪਟਨ ਸਾਹਿਬ ਨੂੰ ਕਹਾਂਗਾ ਕਿ ਸਾਡੀ BJP ਦੀ ਨਹੀਂ ਸੁਣਨੀ ਨਾ ਸੁਣਿਓ, ਅਕਾਲੀ ਦਲ ਦੀ ਸੁਣਨੀ ਨਹੀਂ ਸੁਣਨੀ ਨਾ ਸੁਣਿਓ, ਆਪਣੇ MLA ਦੀ ਸੁਣ ਕੇ ਆਪਣੀ CBI ਇਨਕੁਆਇਰੀ ਕਰ ਦਿਓ। ਔਰ ਨਾਲ ਕਿਉਂਕਿ ਉਹਨਾਂ ਨੇ ਲੀਕਰ ਦੀ ਵੀ ਇਨਕੁਆਇਰੀ ਵਿੱਚ, ਠੇਕਿਆਂ ਦੀ ਨਿਲਾਮੀ ਦੀ ਵੀ ਗੱਲ ਕੀਤੀ। ਅੱਜ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, WebTV। ਆਡੀਓ ਜੰਗਲ।